ਗੁਰੂ ਪਿਆਰੀ ਸਾਧ ਸੰਗਤ ਜੀਓ ਭਾਈ ਅਮਰਿਤਪਾਲ ਸਿੰਘ ਹੋਰਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤੁਹਾਨੂੰ ਪਤਾ ਆ ਤੇ ਮੈਂ ਬਹੁਤ ਸਾਰੀਆਂ ਕੁਝ ਬੇਨਤੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਸਤਿਗੁਰੂ ਕਿਰਪਾ ਕਰਨ ਸੋ ਫਤੇ ਬਲਾਉ ਪਹਿਲਾਂ ਤਾਂ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਬਹੁਤ ਮਾੜੀ ਘਟਨਾ ਆ ਕਿ ਭਾਈ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਈ ਅਮਰਿਤਪਾਲ ਸਿੰਘ ਦੀ ਜਿਹੜੀ ਹੈ ਗ੍ਰਿਫਤਾਰੀ ਉਹ ਹੋਈ ਹੈ ਸੋ ਪਿਆਰਿਓ ਬਹੁਤ ਮਾੜਾ ਹੋਇਆ ਬਹੁਤ ਜਿਹੜੀ ਇਹ ਨਿਖੇਦੀ ਯੋਗ ਘਟਨਾ ਵਾਪਰੀ ਹੈ ਸ਼ਾਹਕੋਟ ਦੇ ਵਿੱਚ ਪੁਲਿਸ ਥਾਣੇ ਦੇ ਅੰਦਰ ਅਮਰਿਤਪਾਲ ਸਿੰਘ ਦੇ ਸਾਥੀਆਂ ਨੂੰ ਰੱਖਿਆ ਗਿਆ ਇੱਕ ਮੈਂ ਇੱਥੇ ਬੇਨਤੀ ਕਰਨੀ ਚਾਹੁੰਦਾ ਕਿ ਪ੍ਰਸ਼ਾਸਨ ਮੰਨਣ ਦੇ ਲਈ ਤਿਆਰ ਹੀ ਹੈ ਨਹੀਂ ਵੀ ਉਹਨਾਂ ਨੇ ਅਮਰਿਤਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਇਦੇ ਵਿੱਚ ਚਾਲ ਹੈ ਜੀ ਬਹੁਤ ਵੱਡੀ ਕਿਉਂ ਨਹੀਂ ਮੰਨ ਰਹੇ ਇੱਕ ਪਲਾਨ ਹੈ ਬਹੁਤ ਵੱਡਾ ਦੇਖੋ ਅਮਰਿਤਪਾਲ ਸਿੰਘ ਦੀਆਂ ਵੀਡੀਓ ਵੀ ਸਾਹਮਣੇ ਆ ਗਈਆਂ ਸੀਸੀਟੀਵੀ ਫੋਟੋਜ਼ ਵੀ ਸਾਹਮਣੇ ਆ ਗਈਆਂ ਵੀ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰੀ ਹੋਈ ਹੈ ਪਰ ਪ੍ਰਸ਼ਾਸਨ ਕਿਉਂ ਨਹੀਂ ਮੰਨ ਰਿਹਾ ਸਰਕਾਰ ਕਿਉਂ ਨਹੀਂ ਮੰਨ ਰਹੀ ਵੀ ਗ੍ਰਿਫਤਾਰ ਸਾਡੇ ਅੱਖਾਂ ਦੇ ਵਿੱਚ ਕਿਉਂ ਘੱਟਾ ਪਾਇਆ ਜਾ ਰਿਹਾ ਹੈ ਚਾਰੇ ਪਾਸੇ ਲੱਭਿਆ ਜਾ ਰਿਹਾ ਜੀ ਅਮਰਿਤਪਾਲ ਨੂੰ ਖੋਜਿਆ ਜਾ ਰਿਹਾ ਜਦੋਂ ਇੱਕ ਵਾਰੀ ਤੁਸੀਂ ਬੰਦਾ ਗ੍ਰਿਫਤਾਰ ਕਰ ਹੀ ਲਿਆ ਤੁਸੀਂ ਲੱਭ ਕਿਨੂੰ ਰਹੇ ਹੋ ਕੀ ਦੀ ਤਲਾਸ਼ ਕਰ ਰਹੇ ਹੋ ਸਮਝ ਨਹੀਂ ਆਉਂਦੀ ਪਿਆਰਿਓ ਜਿਸ ਤਰ੍ਹਾਂ ਪੰਜਾਬ ਦੇ ਹਜ਼ਾਰਾਂ ਸੈਂਕੜੇ ਨੌਜਵਾਨਾਂ ਦੇ ਨਾਲ ਹੋਇਆ ਹੈ ਨਾ ਕਿਤੇ ਅਮਰਿਤਪਾਲ ਸਿੰਘ ਦੇ ਨਾਲ ਉਹੀ ਕੰਮ ਨਾ ਹੋ ਜਾਏ ਅੰਦਰ ਖਾਤੇ ਨੌਜਵਾਨਾਂ ਨੂੰ ਖਤਮ ਕਰ ਦਿੱਤਾ ਗਿਆ ਦੇਖਿਓ ਕਿਤੇ ਅਮਰਿਤਪਾਲ ਸਿੰਘ ਦੇ ਨਾਲ ਵੀ ਅਜਿਹਾ ਨਾ ਹੋ ਜਾਏ ਮੈਂ ਇਸ ਕਰਕੇ ਬੇਨਤੀ ਕੀਤੀ ਹੈ ਪਿਆਰਿਓ ਉਹਨਾਂ ਨੂੰ ਅੰਦਰ ਖਾਤੇ ਨਜ਼ਰ ਬੰਦ ਕਰਕੇ ਰੱਖ ਲਿਆ ਗਿਆ ਅੰਦਰ ਖਾਤੇ ਹੀ ਉਹਨਾਂ ਨੂੰ ਨਜ਼ਰਬੰਦ ਕੀਤਾ ਗਿਆ ਪਿਆਰਿਓ ਬਹੁਤ ਮਾੜੀ ਗੱਲ ਐ ਇਹ ਅਤੀ ਨਿੰਦਣਯੋਗ ਘਟਨਾ ਐ ਜੋ ਵਾਪਰੀ ਐ ਬਹੁਤੀ ਅਤੀ ਨਿੰਦਣਯੋਗ ਆ ਬਹੁਤ ਘਟਨਾ ਮਾੜੀ ਐ ਜੇ ਹੋਈ ਐ ਇਹ ਸੋ ਗੁਰਮਖ ਪਿਆਰਿਓ ਇਹ ਮੈਂ ਤਾਂ ਕਰਕੇ ਬੇਨਤੀ ਕਰ ਰਿਹਾ ਸਾਨੂੰ ਅੱਜ ਚੌਕਸ ਰਹਿਣਾ ਚਾਹੀਦਾ ਹੈ ਸੰਗਤ ਕਹਿੰਦੀ ਐ ਵੀ ਅਸੀਂ ਕੀ ਕਰੀਏ ਬਹੁਤੇ ਜਿਹੜੇ ਤੱਤੇ ਕਾਲੇ ਸੀ ਸਾਡੇ ਵੀਰ ਉਹਨਾਂ ਨੇ ਤਾਂ ਜਾ ਕੇ ਰੋਡ ਵੀ ਜਾਮ ਕਰਤੇ ਜਾ ਕੇ ਸੜਕਾਂ ਤੇ ਬੈਠ ਗਏ ਮੈਂ ਕਿੰਨਾ ਵੀ ਵੀਰੋ ਪ੍ਰੋਟੈਸਟ ਕਰਨਾ ਸਾਡਾ ਹੱਕ ਹੈ ਪਰ ਸਮੇ ਦੀ ਨਜਾਕਤ ਨੂੰ ਵੇਖ ਕੇ ਕਰਿਓ ਆਪਣਾ ਨੁਕਸਾਨ ਨਾ ਕਰਾਇਓ ਕਿਉਂਕਿ ਸਾਨੂੰ ਏਕਾ ਚਾਹੀਦਾ ਹੈ ਜ਼ਰੂਰੀ ਹੈ ਇਸ ਵਕਤ ਗੁਰੂ ਸਾਹਿਬ ਦਾ ਓਟ ਆਸਰਾ ਲੈਣਾ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਇਹ ਮਾੜਾ ਸਮਾਂ ਇਸ ਨੂੰ ਟਾਲਣ ਦੇ ਲਈ ਗੁਰੂ ਸਾਹਿਬ ਸਾਡੀ ਮਦਦ ਕਰ ਸਕਦੇ ਨੇ ਕੋਈ ਹੋਰ ਨਹੀਂ ਗੁਰੂ ਨੂੰ ਅਰਦਾਸ ਬੇਨਤੀ ਕਰੋ ਬਹੁਤੀਆਂ ਭੈਣਾਂ ਮਾਤਾ-ਮਾਸਵਾਲ ਕਰਦੀਆਂ ਨੇ ਵੀ ਸਾਨੂੰ ਕੀ ਕਰਨਾ ਚਾਹੀਦਾ ਮੈਂ ਕਿਹਾ ਜੇ ਪੰਥਕ ਇਕੱਠ ਹੁੰਦਾ ਹੈ ਤੇ ਜ਼ਰੂਰ ਪਹੁੰਚੋ ਪਰ ਆਪਣੇ ਪੱਧਰ ਤੇ ਕੁਝ ਵੀ ਕਰਨ ਤੋਂ ਗੁਰੇਜ਼ ਕਰੋ ਸੰਗਤ ਦੀ ਸਹਿਮਤੀ ਦੇ ਨਾਲ ਚੱਲਣਾ ਚਾਹੀਦਾ ਬਹੁਤਾ ਕਰਦੇ ਹਾਂ ਘਰਾਂ ਦੇ ਵਿੱਚ ਬੈਠ ਕੇ ਅਰਦਾਸ ਕਰੋ ਪਾਠ ਕਰੋ ਕਿ ਸੱਚੇ ਪਾਤਸ਼ਾਹ ਰਹਿਮਤ ਕਰੇ ਉਹਨਾਂ ਵਰਗਾ ਹਾਲ ਨਾ ਹੋਵੇ ਜੋ ਪਿਛੜੇ ਸੈਂਕੜੇ ਨੌਜਵਾਨਾਂ ਦਾ ਹੋਇਆ ਹੈ ਪੁਲਿਸ ਘਰੋਂ ਚੁੱਕ ਲੈਂਦੀ ਸੀ ਗ੍ਰਿਫਤਾਰ ਕਰ ਲੈਂਦੇ ਸੀ ਕਹਿੰਦੇ ਸੀ ਅਸੀਂ ਤੇ ਛੱਡਤਾ ਪਰ ਬਾਅਦ ਚ ਮਾਰ ਖਪਾ ਦਿੰਦੇ ਸੀ ਕਿਤੇ ਅਜੇਹਾ ਨਾ ਹੋ ਜਾਏ ਅੱਜ ਅਮਰਿਤਪਾਲ ਸਿੰਘ ਦੀ ਗ੍ਰਿਫਤਾਰੀ ਵੀ ਹੋ ਗਈ ਪਰ ਮੰਨਣ ਦੇ ਲਈ ਤਿਆਰ ਨਹੀਂ ਵੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਕਹਿੰਦੇ ਜੇ ਅਸੀਂ ਤੇ ਗ੍ਰਿਫਤਾਰੀ ਨਹੀਂ ਕੀਤਾ ਦੇਖਿਓ ਕਿਤੇ ਕੁਝ ਹੋਰ ਹੀ ਰਾਏ ਨਾ ਹੋਵੇ ਅਨੰਦਪੁਰ ਖਾਲਸਾ ਫੋਰਸ ਕਹਿੰਦੇ ਤਿਆਰ ਕਰ ਰਿਆ ਸੀ ਅਮਰਿਤਪਾਲ ਪਤਾ ਨਹੀਂ ਕੀ ਕੀ ਨਜਾਇਜ਼ ਪਰਚੇ ਖੋਲ ਦਿੱਤੇ ਕੀ ਕੀ ਕੁਝ ਪਾ ਦਿੱਤਾ ਇਹ ਗੱਲਾਂ ਤੋਂ ਗੁਰੇਜ਼ ਕਰਨਾ ਪਊਗਾ ਸਾਨੂੰ ਏਕਾ ਬਣਾ ਕੇ ਰੱਖਣ ਦੀ ਲੋੜ ਹੈ ਜਿਹੜੇ ਦੋਗਲੇ ਸੀ ਉਹਨਾਂ ਨੂੰ ਕਹਿ ਦਿਓ ਅੱਜ ਖੁਸ਼ੀਆਂ ਮਨਾ ਲਓ ਯਾਦ ਰੱਖਿਓ ਸਮਾਂ ਕਿਸੇ ਦਾ ਸਹਾਈ ਨਹੀਂ ਹੁੰਦਾ ਸਮਾਂ ਬਦਲਦਿਆਂ देर ਨਹੀਂ ਲੱਗਦੀ ਇਸ ਕਰਕੇ ਸੱਚੇ ਪਾਤਸ਼ਾਹ ਜ਼ਰੂਰ ਭਲੀ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ